Cialo. ਭਾਈ ਮੈਚ ਸ਼ੁਰੂ ਕਰਵਾ ਦੀਏ ਜਲਦੀ ਤੋਂ ਪਹਿਲਾਂ ਮੇਰੀ ਬੇਨਤੀ ਹੈ ਮੈਚ ਜਿਹੜਾ ਆਪਾਂ ਸ਼ੁਰੂ ਕਰਵਾਵਾਂਗੇ ਜਲਦੀ ਤੋਂ ਪਹਿਲਾਂ ਮੇਰੀ ਵੀਰੇ ਲਾਓ ਉਹ ਕਹਿੰਦੇ ਸ਼ਾਹ ਦੀ ਧਰਤੀ ਦਾ ਟਿਕਰੀ ਵਾਲੇ ਕੱਪੜਾ ਕਹਿੰਦੇ ਮੁੰਡਾ ਮੋਟਰਸਾਈਕਲ ਦਾ ਜਿੱਤੂ ਮੇਰੀ ਵੀਰੇ ਪਹਿਲੀ ਉੱਪਰ ਦੀ ਸ਼ੁਰੂਆਤ ਕਰਨ ਲਈ ਕਹਿੰਦੇ ਤਿਆਰ ਵਰ ਤਿਆਰ ਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਆਪਣੇ ਫੋਰਵਰਡ ਤੇ ਆਵੇ ਮੇਰੀ ਬੇਨਤੀ ਹੈ ਜਲਦੀ ਤੋਂ ਪਹਿਲਾਂ ਮੇਰੀ ਬੇਨਤੀ ਹੈ ਲਾਓ ਇਧਰੋਂ ਕਹਿੰਦੇ ਪੱਟੀ ਮੇਕਰ ਦਾ ਪੱਧਰ ਹੋਇਆ ਐਨ ਇੱਕ ਪੱਟੀ ਮੇਕਰ ਦਾ ਪੱਧਰ ਉਹ ਸਕੋਰ ਬੋਰਡ ਦੀ ਕਾਪੀ ਤਾਂ ਨਹੀਂ ਕਿਸੇ ਕੋਲ ਇਧਰੋਂ ਸਿਰੇ ਦੀ ਰਾਣਕ ਸ਼ਾਹ ਦੀ ਧਰਤੀ ਦਾ ਵਿੱਚ ਮੁਕਾਬਲਾ ਜਿਹੜਾ ਸਿਰੇ ਦਾ ਮੈਚ ਚੱਲ ਰਿਹਾ ਬੈਟਰੀ ਜਿਹੜੀ ਸਦਾ ਵੀਰ ਆ ਕਹਿੰਦੇ ਜ਼ਰੂਰ ਪੁੱਛਦਾ ਕਰ ਦੇਵੇ ਬੈਟਰੀ ਭਾਉ ਘੁੱਗੀ ਆ ਸਿਰੇ ਦਾ ਹੀ ਬਣਾ ਦਿੱਤਾ ਕਹਿੰਦੇ ਘੁੱਗੀ ਨੂੰ ਸ਼ਾਹਪੁਰ ਵਾਲੇ ਨੇ ਐਨ ਸਿਰੇ ਦਾ ਹੀ ਉਬਰਲਾ ਜਿਹਾ ਲਾ ਦਿੱਤਾ ਕਰਨ ਢੋਲੀ ਜਿੱਥੇ ਵੀ ਆ ਕੇ ਦੀਪ ਢੋਲੀ ਦੇ ਨਾਲ ਸੰਪਰਕ ਕਰੇਗਾ ਮੇਰੀ ਬੇਨਤੀ ਹੈ ਕਰਨ ਢੋਲੀ ਨਾਟਦ ਨੇ ਕਹਿੰਦੇ ਢੋਲ ਵੀ ਜਿਹੜਾ ਪੂਰਾ ਵੱਜਣਾ ਮੇਰੇ ਵੀਰੇ ਐਨ ਗੋ ਫੜ ਕੇ ਫੁੱਟੇ ਫੜ ਕੇ ਸਾਡੇ ਵੀਰ ਹੈ ਐਨ ਸਵਾਦ ਜਿਹੜਾ ਪੂਰਾ ਇਧਰੋਂ ਬਾਲ ਪੈ ਗਈ ਹੈ ਤੇ ਕਹਿੰਦੇ ਭਾਖੀ ਵਾਲਾ ਗੱਭਰੂ ਹੈ ਬਾਲ ਜਿਹੜੀ ਕਹਿੰਦੇ ਸਿਰੇ ਦੀਆਂ ਸਟਿਆਣੇ ਵਾਲਾ ਲੱਡੂ ਮੁੰਡਾ ਆਇਆ ਕਹਿੰਦੇ ਕਾਸਕੋ ਕ੍ਰਿਕਟ ਦਾ ਉਸਤਾਦ ਪੁਰਾਣਾ ਪਾਪੀ ਆ ਮੇਰੇ ਵੀਰੇ ਅੱਜ ਆਇਆ ਕਹਿੰਦੇ ਟੀਮ ਲੈ ਕੇ ਉਹਨਾਂ ਦਾ ਛੋਟਾ ਵੀਰ ਵੀ ਆਇਆ ਐਨ ਸੋਹਣ ਨਾਲ ਹੋਣੀ ਤੇ ਮਾਤਾ ਸੁਰਜੀਤ ਕੌਰ ਜੀ ਦੇ ਕਹਿੰਦੇ ਦੋ ਪੁੱਤਰ ਹੋਇਆ ਐਨ ਗੁੱਜਰਾਂ ਨੂੰ ਕਹਿੰਦੇ ਬੁਲਾਉਣ ਕਰਦੀ ਆ ਟੀਮ ਗੁੱਜਰ ਪ੍ਰਧਾਨ ਨੂੰ ਜਿਹੜੀ ਕਹਿੰਦੇ ਟੀਮ ਬੁਲਾਉਣ ਕਰਦੀ ਹੈ ਜਿਹੜੀ ਐਨ ਕਹਿੰਦੇ ਸਤਿਆਣੇ ਦੀ ਟੀਮ ਹੈ ਤੇ ਦੋ ਮੁੰਡੇ ਆ ਇੱਕ ਧਗਾਨਾ ਦਾ ਤੇ ਦੂਜਾ ਕਹਿੰਦੇ ਐਨ ਘੁੱਗੀ ਆ ਕਹਿੰਦੇ ਸ਼ਾਹਪੁਰੀ ਆ ਐਨ ਸਵਾਦ ਜਿਹੜਾ ਪੂਰਾ ਚੱਠਾ ਸਾਹਿਬ ਐਨ ਮੈਚ ਜਿਹੜਾ ਟਿਕਾਣੇ ਦਾ ਤੇ ਇਧਰੋਂ ਰਵਜੋਤ ਮਾਨ ਅਪੈਰ ਹੈ ਨਾਲ ਕਹਿੰਦੇ ਤੇਜ਼ੀ ਦੀਆਂ ਗੱਲਾਂ ਇਧਰੋਂ ਬਾਲ ਜਿਹੜੀ ਵਾਈਡ ਹੈ ਤੇ ਐਨ ਕਹਿੰਦੇ ਘੁੱਗੀਆਂ ਬਾਲ ਜਿਹੜੀ ਵਾਈਡ ਹੈ ਮੇਰੇ ਵੀਰੇ ਨੂਰੀ ਬਾਹਰ ਆਇਆ ਬਾਈ ਆਇਆ ਆਇਆ ਬਾਹਰ ਆਇਆ ਜੋਣੇ ਵੀਰੇ ਨੂੰ ਵੀ ਕਹਿੰਦੇ ਬਾਹਰ ਆ ਜਾਓ ਓਕੇ ਵੀਰੇ ਜਾਂਦੇ ਆ ਠੀਕ ਹੈ ਠੀਕ ਕੋਈ ਚੱਕਰ ਨਹੀਂ ਥੋੜੇ ਬਹਿ ਜਾ ਤਾਂ ਮਜ਼ਾਕ ਕਰਦਾ ਇਧਰੋਂ ਸਵਾਦ ਹੈ ਮੇਰੇ ਵੀਰੋ ਐਨ ਖੇਡ ਕ੍ਰਿਕਟ ਦਾ ਬਾਲ ਪੈ ਗਈ ਹੈ ਰਨ ਜਿਹੜਾ ਕਹਿੰਦੇ ਜੁੜਦਾ ਖੇਡ ਦੇ ਮੈਦਾਨ ਦੇ ਵਿੱਚ ਲਵੀ ਇੱਕ ਵਾਰ ਸਨਾਪ ਦਾ ਰਨ ਦੇ ਸੀ ਲੈਵਲ ਦੋ ਆ ਜਾਂ ਤਿੰਨ ਦੋ ਰਨ ਤਾੜੀ ਮਾਰਦੇ ਉਸ ਲਿਆਣੇ ਵਾਲੇ ਇੱਕ ਵਾਰ ਸਿਰੇ ਦਾ ਬਣਾ ਦਿੱਤਾ ਕਿਤੇ ਭੁੱਖੀ ਨੇ ਐਨ ਅੱਜ ਬੱਬੂ ਦਾ ਮੈਂ ਤੈਅ ਦਿਲੋਂ ਧੰਨਵਾਦ ਹੈ ਬੱਬੂ ਦਾ ਧੰਨਵਾਦ ਹੈ ਬਸੂਆ ਵੀ ਆਇਆ ਟਿਮੇ ਦਾ ਵੀ ਵੱਡਾ ਧੰਨਵਾਦ ਹੈ ਗੋ ਵਰ ਕੇ ਫੁੱਟੇ ਵਰ ਕੇ ਸਾਡੇ ਵੀਰ ਹੈ ਉਹਨਾਂ ਦਾ ਵੀ ਧੰਨਵਾਦ ਹੈ ਐਨ ਸਵਾਦ ਹੈ ਅਗਲਾ ਵਰ ਕਹਿੰਦੇ ਕਿਹਨੇ ਕਰਨਾ ਇਹਦਾ ਚੌਂਟੀ ਨਾਮ ਹੈ ਤੇ ਮੁੰਡਾ ਕਹਿੰਦੇ ਧਮਾਨ ਪਰਿਵਾਰ ਦਾ ਅੱਠ ਮੋਟਰਸਾਈਕਲ ਤੇ ਇੱਕ ਗੱਡੀ ਦਾ ਜੋ ਤੂੰ ਮੇਰੇ ਵੀਰੇ ਅਗਲੇ ਓਵਰ ਦੀ ਸ਼ੁਰੂਆਤ ਕਰ ਦਰੀ ਕਹਿੰਦੇ ਤਿਆਰ ਵਰ ਤਿਆਰ ਲਓ ਇੱਧਰ ਇੱਕ ਹੋਰ ਜਿਹੜੀ ਵਿਕਟ ਦਾ ਕਹਿੰਦੇ ਐਨ ਪੱਧਰ ਜਿਹੜਾ ਹੋ ਚੁੱਕਿਆ ਮੇਰੇ ਵੀਰੇ ਲਾਦੀ ਭਾਖੀ ਵਾਲਾ ਝਾਲੋ ਨੌਜਵਾਨ ਹਰਿਆਣੇ ਵਾਲੇ ਆ ਉਧਰੋਂ ਉਸਤਾਦ ਜੀ ਵੀ ਆਇਆ ਕਹਿੰਦੇ ਪਹਿਲਵਾਨੀ ਖੇਤਰ ਦੇ ਵਿੱਚ ਨਾਮ ਵੱਡਾ ਹੈ ਉਸ ਤਰ੍ਹਾਂ ਹੀ ਨਾਲੇ ਹੁਣ ਉਹ ਥੱਲੇ ਦੇ ਮਰ ਮਰ
ਨਾ ਚੌਂਡੀ ਜਵਿੰਦਗੜ੍ਹ ਵਾਲੇ ਵੀ ਆ ਕਹਿੰਦੇ ਤਿੰਨ ਵਿਕਟਾਂ ਤੇ ਉਧਰੋਂ ਕਹਿੰਦੇ ਐਨ ਟੋਨੀ ਨੂੰ ਚਾਹੁਣ ਵਾਲੇ ਵੀ ਆਏ ਹੋਏ ਆ ਫੈਨ ਆ ਕਹਿੰਦੇ ਦੁਨੀਆ ਟੋਨੀ ਦੀ ਕਦੀ ਅਮਿਤ ਗੁਜਰਾ ਜੀ ਦਿੱਤਾ ਹੋਣ ਜਿਹਾ ਤਾਂ ਐਨ ਰਣ ਜਿਹੜੇ ਦੋ ਹੈ ਕਦੀ ਚੌਂਡੀ ਤੇਰੀਆਂ ਤਿੰਨ ਵਿਕਟਾਂ ਦੋ ਵਿਕਟਾਂ ਜੇਕਰ ਵੋਟ ਕਰਨਾ ਲਗਾਤਾਰ ਤਾਂ 500 ਆ ਤਿੰਨ ਵਿਕਟਾਂ ਭਾਵੇਂ ਜਿੱਦਾਂ ਮਰਜ਼ੀ ਆਊਟ ਕਰੇ ਤਾਂ ਵੀ 500 ਆ ਐਨ ਜਸੀ ਧਮਾਨ ਉਹਨਾਂ ਵੱਲੋਂ ਕਹਿੰਦੇ ਦਿੱਤਾ ਜਾਣਾ ਤਿੰਨ ਵਿਕਟਾਂ ਤੇ ਮੇਰੀ ਵੀਰੋ ਮੈਂ ਪਹਿਲੀ ਦੇਖਦਾ ਚਾਰ ਰਨ 6 ਹੈ ਐਨ ਰਨ ਜਿਹੜੇ 6 ਮੇਰੇ ਵੀਰੋ ਅੰਪਾਇਰ ਨੂੰ ਬੇਨਤੀ ਆ ਕਿ ਇਸ਼ਾਰਾ ਜ਼ਰੂਰ ਕਰੇ ਹਾਂ ਇੱਥੇ ਰੱਖ ਮੁੱਦਾ ਇਹੀ ਹੈ ਲਾਓ ਅਮਿਤ ਗੋਜਰ ਵਾਓ ਅਮਿਤ ਮੇਲੇ ਹੀ ਰੁਕੀ ਜਾਂ ਮੈਂ ਹੋਜ ਬੰਦਾ ਨਾ ਰੁੜਦੀ ਫੜਦਾ ਨਾ ਉੜਦੀ ਫੜਦਾ ਖਾਂਡੀ ਕਿਹੜੀ ਹੈ ਮੈਨੂੰ ਦੱਸ ਦਾ ਦੇ ਤੈਨੂੰ ਫੜਾ ਦੀ ਉਹ ਵਾਲੀ ਬੋਲ ਖਾਂਡੀ ਕਿਹੜੀ ਆ ਨੌਜ ਬੰਦਾ ਉਧਰ ਜਿਹੜਾ ਐਨ ਜੰਟੀ ਆ ਧਮਾਨਾ ਦਾ ਐਨ ਪਾਣੀ ਦੇ ਭਾਰੇ ਆ ਜੰਟੀ ਦੇ ਤੇ ਜਿਹੜੀ ਧਮਾਨ ਪਰਿਵਾਰ ਦਾ ਅਗਲੀ ਬਾਲ ਫੇਰ ਵਾਓ ਗੋਬਿੰਦਗੜ ਵਾਲੇ ਆ ਆਏ ਚੌਧਰੀ ਪਰਿਵਾਰ ਦਾ ਐਨ ਮੇਰੇ ਵੀਰੋ ਸੁਨੀਲ ਜਿਹਨੇ ਇੱਕ ਤਕੜੀ ਫੋਲਡ ਕੀਤੀ ਆ ਐਨ ਚੌਧਰੀ ਪਰਿਵਾਰ ਦਾ ਅੱਗੇ ਤੇ ਸੁਨੀਲ ਰਨ ਜਿਹੜਾ ਪ੍ਰਾਪਤ ਕੀਤਾ ਤੇ ਸ਼ੋਟ ਰਾਡਾ ਮੇਰੀ ਵੀਰੋ ਰਨ ਜਿਹੜਾ ਅੱਗੇ ਤੇ ਸ਼ੋਟ ਹੈ ਲਵੀ ਅਮਿਤ ਗੁਜਰ ਬਾਹਰ ਜਾ ਨੌਜਵਾਨ ਅੰਦਰ ਜਾ ਓ ਜੋਤ ਓਏ ਓ ਜੋਤ ਓ ਸਹੀ ਆ ਯਾਰ ਸਹੀ ਭੱਜਿਆ ਸੀ ਇੱਧਰ ਮੁੜ ਗਿਆ ਸੀ ਲਵੀ ਵੀਰ ਫੈਸਲਾ ਕਰ ਫੈਸਲਾ ਕਰ ਮੇਰੀ ਬੇਨਤੀ ਹੈ ਉਹ ਦੇ ਉਹ ਉਸਤਾਦ ਇੱਧਰ ਦੀ ਹੋਇਆ ਸੀ ਯਾਰ ਮੁੱਦਾ ਇਹ ਹੈ ਲਵੀ ਤੇਜੀ ਅੰਪਾਇਰ ਨੇ ਜੋ ਕਹਿੰਦੇ ਮੰਨਣਾ ਪੈਣਾ ਸ਼ੋਟ ਰਹਿਣਾ ਤਾਂ ਸ਼ੋਟ ਰਹਿਣਾ ਕਿਉਂਕਿ ਸਤਿਆਣੇ ਦੀ ਟੀਮ ਸਾਡੇ ਨੇੜੇ ਆਉਣੀ ਭਾਸ਼ੀ ਦੀ ਟੀਮ ਸਾਨੂੰ ਦੂਰ ਆਉਣੀ ਸਾਡੇ ਲਈ ਸਾਰੇ ਬਰਾਬਰ ਹੈ ਇਹ ਨੋਟ ਕਰਿਓ ਸਾਰੀਆਂ ਟੀਮਾਂ ਸਾਡੇ ਲਈ ਬਰਾਬਰ ਹੈ ਲਓ ਜੌਂਟੀ ਗੋਬਿੰਦਗੜ੍ਹੀ ਹੈ ਲੈ ਜਿਹੜਾ ਕਰਮਾ ਦੇ ਵਿੱਚ ਸੀ ਉਹ ਮਿਲੇ ਜਾਣਾ ਨੌਜਵਾਨ ਐਨ ਦੋ ਫਿੰਦਾ ਵੀ ਆਇਆ ਉਹਦਾ ਵੀ ਧੰਨਵਾਦ ਹੈ ਸਾਡੇ ਵੀਰ ਦਾ ਐਨ ਕਹਿੰਦੇ ਦੋ ਫਿੰਦਾ ਵੀ ਆਇਆ ਉਹਦਾ ਵੀ ਧੰਨਵਾਦ ਹੈ ਸਾਡੇ ਵੀਰ ਦਾ ਗੰਗੂ ਵੀ ਬੈਠਾ ਨਾਲ ਬਸੰਤ ਵੀ ਬੈਠਾ ਤਿੰਨ ਵੀ ਪਾਣਾ ਮੰਨੀ ਜਾਂਦਾ ਸਵਾਲ ਹੈ ਟਾਸਕੂਮ ਕ੍ਰਿਕਟ ਦਾ ਇੱਧਰ ਰਾਜ ਵੀ ਕਹਿੰਦੇ ਫਿਰ ਤੋਂ ਵਾਈਡ ਹੈ ਰਾਜ ਵੀ ਕਹਿੰਦੇ ਫਿਰ ਤੋਂ ਵਾਈਡ ਹੈ ਮੇਰੇ ਵੀਰੋ ਗੋਬਿੰਦਾ ਗੋਬਿੰਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਗੋਬਿੰਦੇ ਦੋ ਤੋਂ ਬਾਅਦ ਫਿੱਟਾ ਕਹਿਣਾ ਹੀ ਹੈ ਠੀਕ ਹੈ ਜੀ ਉਹ ਬਾ ਜੋ ਤੂੰ ਉਧਰ ਵਾਲ ਕਿੱਥੇ ਆਈ ਹੈ ਕਦੀ ਬੰਦਿਆ ਤੇਰੇ ਨੌਜਵਾਨ ਹੈ ਵਾਲ ਕਿੱਥੇ ਆਈ ਹੈ ਨੌਜਵਾਨ ਐਨ ਸਵਾਦ ਹੈ ਗੋਬਿੰਦਾ ਜੀ ਕਹਿੰਦੇ ਗਰਮੀ ਖਾ ਗਿਆ ਗਰਮੀ ਆਵੇ ਵੀ ਕਿਉਂ ਹੈ ਕਿਉਂਕਿ ਐਨ ਸਵਾਦ ਹੈ ਟਾਸਕੂ ਪੂਰੇ ਕਰਦਾ ਐਨ ਇੱਧਰੋਂ ਸਵਾਦ ਹੈ ਉਧਰ ਸਵਾਦ ਪਤਾ ਨਦੀ ਲੈਮਨ ਦੱਸੀਓ ਨੌਜਵਾਨ ਰਣ ਕਿੰਨੇ ਦੋ ਬਰਾਂ ਵਾਲ ਦੋ ਓਵਰ 18 ਰਨ ਦੋ ਓਵਰ 18 ਰਨ ਹੈ ਧੰਨਵਾਦ ਹੈ ਪੂਰੀ ਪ੍ਰਬੰਧਕ ਕਮੇਟੀ ਦਾ ਐਨ ਬਹੁਤ ਵੱਡਾ ਸਹਿਯੋਗ ਜਿਹਨਾਂ ਭਰਾਵਾਂ ਨੇ ਦਿੱਤਾ ਇਸੇ ਕੱਪ ਦੇ ਲਈ ਤਹਿ ਦਿਲੋਂ ਧੰਨਵਾਦ ਹੈ ਪੂਰੀ ਪ੍ਰਬੰਧਕ ਕਮੇਟੀ ਦਾ ਲਾਸਟ ਪੂਲ ਜਿਹੜਾ ਇਸੇ ਧਰਤੀ ਤੇ ਜਿਹੜਾ ਖੇਡਿਆ ਜਾ ਰਿਹਾ ਐਨ ਤੀਜੇ ਓਵਰ ਦੀ ਸ਼ੁਰੂਆਤ ਹੈ ਕੌਣ ਹੈ ਇਹ ਆ ਮੁੰਡਾ ਸ਼ਹਿਰ ਦੇ ਕੱਪ ਦਾ ਕਹਿੰਦੇ ਗੋਪੀ ਸਹਿਜੋ ਮਾਜਰੇ ਵਾਲੇ ਦੇ ਨਾਲ ਇੱਕ ਸਾਂਝੇ ਤੌਰ ਤੇ ਕਹਿੰਦੇ ਮੋਟਰ ਸਾਈਕਲ ਦਾ ਜੋ ਤੂੰ ਮੇਰੇ ਵੀਰੋ ਇਹ ਆ ਰੁਖੀ ਨਾ ਸਤਿਆਣੇ ਵਾਲਾ ਜਿਹਨੇ ਕਹਿੰਦੇ ਅਗਲੇ ਓਵਰ ਦੀ ਸ਼ੁਰੂਆਤ ਕੀਤੀ ਹੈ ਇਹ ਆ ਕਹਿੰਦੇ ਰੁਖੀ ਨੇ ਸਤਿਆਣੇ ਵਾਲਾ ਮੁੰਡਾ ਪੁਲਸੀ ਹੈ ਚਾਂਦੀ ਦੇ ਕੜਿਆਂ ਦਾ ਜੇਤੂ ਹੈ ਐਨ ਚਾਂਦੀ ਦੇ ਕਹਿੰਦੇ ਚਾਈਨਾ ਦਾ ਵੀ ਜੇਤੂ ਹੈ ਇਹ ਆ ਰੁਖੀ ਨੇ ਮੇਰੇ ਵੀਰੋ ਸਤਿਆਣੇ ਵਾਲਾ ਲਵੀ ਸਪੇਨ ਵਾਲਾ ਗੱਲ ਨਹੀਂ ਬਣਦੀ
ਅਗਲੇ ਮੈਚ ਦੀਆਂ ਟੀਮਾਂ ਜਿੱਤੇ ਵੀਰ ਜ਼ਰੂਰ ਦੱਸੀ ਅਗਲੇ ਮੈਚ ਦੀਆਂ ਟੀਮਾਂ ਕਿਹੜੀਆਂ ਕਿਹੜੀਆਂ ਉਹ ਭਾਸ਼ੀ ਵਾਲੇ ਆ ਰਣ ਕਹਿੰਦੇ ਸ਼ੇਜ ਹੋ ਰਹੇ ਆ ਦੇਖੀ ਲੰਗਰ ਆ ਗਿਆ ਦੇਖੀ ਮਾੜਾ ਵੀਰ ਵਰਗੇ ਲਓ ਇਧਰੋਂ ਕਾਫੀ ਵਾਲਾ ਮੇਰੇ ਵੀਰੋ ਵਾਲ ਜਿਹੜੀ ਵਾਈਡ ਹੈ ਵਾਲ ਜਿਹੜੀ ਵਾਈਡ ਹੈ ਰੋਹਿਨ ਸਤਿਆਣੇ ਵਾਲਾ ਵਾਲ ਪਾਉਣ ਲਈ ਤਿਆਰ ਪਰ ਤਿਆਰ ਹੈ ਰੋਹਿਨ ਸਤਿਆਣੇ ਵਾਲਾ ਕਮੇਟੀਆਂ ਸੰਪਰਕ ਆਇਆ ਪੈ ਸਕਦੀਆਂ ਉਹ ਤਾੜੀ ਤੂੜੀ ਮਾਰਦਾ ਮੁੰਡਾ ਕਦ ਸੈੱਟ ਹੈ ਐਂਡ ਸਵਾ ਹੈਟ੍ਰਿਕ ਤਿੰਨ ਛੱਕਿਆਂ ਦੀ ਕਹਿੰਦੇ ਹੈਟ੍ਰਿਕ ਰੋਹਿਤ ਨੂੰ ਸਤਿਆਣੇ ਵਾਲੇ ਨੂੰ ਜਿਹੜੀ ਲਾ ਦਿੱਤੀ ਹੈ ਐਂਡ ਰੋਹਿਤ ਕਹਿੰਦੇ ਸਤਿਆਣੇ ਵਾਲਾ ਅਗਲੀ ਬਾਲ ਰਣਕੇ ਦੇ ਚਾਰ ਹੋਣਗੇ ਰਣਕੇ ਦੇ ਕਹਿੰਦੇ ਚਾਰ ਹੋਣਗੇ ਖੇਡ ਦੇ ਮੈਦਾਨ ਦੇ ਵਿੱਚ ਅਮਿਤ ਹੈ ਵੀਰੇ ਜੀਂਦ ਇਹ ਨਵੀਂ ਰਣ ਦੱਸੀ 45 ਹੋ ਚੁੱਕੇ ਹੈ ਮੈਂ ਤਾਂ ਬਰਾਬਰ ਰਣ ਕਿਹੜੇ 35 ਹੋ ਚੁੱਕੇ ਗੁਰੂ 11 ਦਾ ਮੈਨੇਜਰ ਹੈ ਹੇਡੋ ਦੇ ਨਾਲ ਜਿਹੜਾ ਮੈਨੇਜਰ ਗੁਰੂ 11 ਦਾ ਕਰਾਸ ਵੀ ਆ ਗਿਆ ਉਹਦਾ ਵੀ ਧੰਨਵਾਦ ਹੈ ਸੁਣੇ ਵੀਰ ਦਾ ਲਓ ਅਗਲੇ ਓਵਰ ਦੀ ਸ਼ੁਰੂਆਤ ਕਹਿੰਦੇ ਸਰੀ ਆ ਗਿਆ ਮੇਰੇ ਵੀਰੇ ਸੱਜਣੇ ਵਾਲਾ ਉਹ ਬੱਲੇ ਭਾਜੋ ਕੁੱਕੀ ਨੌਜਵਾਨ ਹੈ ਐਨ ਇੱਕ ਤਕੜਾ ਗਿਆ ਜੀਤਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਇਹ ਆ ਕੁੱਕੀ ਕਹਿੰਦੇ ਸਾਹ ਕਰੀ ਮੇਰੇ ਵੀਰੇ ਮੌਸਮ ਖਰਾਬ ਹੈ ਵੀਰੇ ਉਹਦੇ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਆ ਨਵੀਂ ਅਗਲਾ ਆਪਣੇ ਕੋਲ ਆ ਜਾ ਕਰੇ ਜਲਦੀ ਤੋਂ ਪਹਿਲਾਂ ਕੀ ਹੈ ਵੀ ਅਗਲਾ ਪਲੇਅਰ ਹੈ ਜਿਹੜਾ ਲੈਗ ਅੰਪਾਇਰ ਦੇ ਕੋਲ ਆ ਜਾ ਕਰੇ ਇਹ ਬੇਨਤੀ ਆ ਸਾਰੀਆਂ ਟੀਮਾਂ ਇੱਧਰੋਂ ਸੋਹਣੀ ਬਾਲ ਆ ਇਹ ਆ ਸਟਿਆਣੇ ਵਾਲਾ ਸੋਹਣੀ ਕਰੇ ਜ਼ਰੂਰ ਚੜ੍ਹ ਤੇ ਚੜ੍ਹਾਈ ਜਾ ਕੇ ਮੁੰਡੇ ਦੀ ਚਾਰ ਮੋਟਰਸਾਈਕਲ ਦੋ ਮੋਡੀ ਦਾ ਸਕੂਟਰਾਂ ਦਾ ਜੇਤੂ ਅਤੇ ਐਲਈਡੀਆਂ ਵੀ ਜਿੱਤੀਆਂ ਨੌਜਵਾਨ ਨੂੰ ਇੱਕ ਫੁੱਟ ਮੋਟਰਸਾਈਕਲ ਮਾਨ ਸਨਮਾਨ ਦੇ ਵਿੱਚ ਵੀ ਆਇਆ ਇਹ ਸਟਿਆਣੇ ਵਾਲਾ ਸੋਹਣੀ ਚੜ੍ਹਾਈਆਂ
ਉਹ ਫਾ ਕਿਹੜਾ ਪਰੇ ਹੋ ਜਾਣ ਨੌਜਵਾਨ ਹੈ ਐਨ ਕਿਉਂਕਿ ਐਨ ਟੱਕਰਾਂ ਜਿਹੜੀਆਂ ਐਨ ਫੱਟੇ ਪੱਲਾ ਦੀਆਂ ਨੌਜਵਾਨ ਹੈ ਟੱਕਰਾਂ ਜਿਹੜੀਆਂ ਕਹਿੰਦੇ ਫੱਟੇ ਪੱਲਾ ਦੀਆਂ ਨੌਜਵਾਨ ਪਰੇ ਹੋ ਜਾ ਪਾਣੀ ਫਿਰ ਸਵਾਦ ਵਾਲੀ ਕੀਤਾ ਕਹਿਣਾ ਹੈ ਉਹ ਵਾਹ ਭਾਹੀ ਵਾਲਿਆ ਮੇਲਾ ਹੀ ਲੁੱਟ ਲਿਆ ਨੌਜਵਾਨ ਰਣ ਜਿਹੜੀ ਫਿਰ ਤੋਂ ਛੇ ਰਣ ਜਿਹੜੀ ਫਿਰ ਤੋਂ ਛੇ ਹੈ ਐਨ 45 ਰਨ ਸੀ ਕਹਿੰਦੇ ਤੈਨੂੰ ਰਾਵਾਂ ਦੇ ਸਤਿਆਰੇ ਵਾਲਿਆ ਦੁਨੀਆਂ ਕਹਿ ਰਹੀ ਹੈ ਕਿ ਸੱਤ ਬਣ ਗਏ ਨੇ ਸਤਿਆਰਾ ਭਾਵ ਉੱਥੋਂ 9-10 ਕੇ ਕਿਲੋਮੀਟਰ ਹੈ ਐਨ 90 ਕਿਲੋਮੀਟਰ ਲੱਗੂ ਤੇਰੇ ਮਗਰ ਬਦੁੱਖਾਂ ਵਾਲੇ ਹਰਿਆਣੇ ਵਾਲੇ ਹੈ ਅੱਜ ਕਿਸੇ ਗੱਲ ਨੂੰ ਹੀ ਆਏ ਹੈ ਅੱਜ ਕਿਸੇ ਗੱਲ ਨੂੰ ਹੀ ਆਏ ਹੈ ਹਾੜੀਆਂ ਤੋਂ ਆਇਆ ਐਨ ਸਰੂਪ ਜੀ ਦੀਪ ਹਾੜੀਆਂ ਜੀ ਉਹਨਾਂ ਵੱਲੋਂ 200 ਰੁਪਏ ਵਾਲਾ ਵੀ ਨੌਜਵਾਨ ਹੈ ਆ ਕੇ ਖੜਨਾ 200 ਰੁਪਏ ਜਿਹੜਾ ਪ੍ਰਾਪਤ ਕਰਨਾ ਐਨ ਜੀਪੀ ਸਪੋਰਟਸ ਵਾਲੇ ਉਹਨਾਂ ਵੱਲੋਂ ਕਹਿੰਦੇ 200 ਦੇ ਬੰਦੇ ਬਣ ਪੁੱਜਦੇ ਹੋਏ ਹੈ ਮੈਂ ਮੈਨੂੰ ਦੱਸਿਓ ਟਾਰਗੇਟ ਕਿੰਨੇ ਦਾ ਨੌਜਵਾਨ ਹੈ ਉਹ ਬੰਦੇ ਜਿੰਦੇ ਵੀਰੇ 71 ਦਾ ਟਾਰਗੇਟ ਹੋ ਗਿਆ ਹੁਣ ਸਵਾਦ ਹੈ ਕਾਸ ਤੋਂ ਕਰਦਾ ਕਵੀ ਬਸੰਤ ਹੁਣ ਘਾੜੀ ਸਿਰੇ ਹੈ ਹੁਣ ਕਹਿੰਦੇ ਘਾੜੀ ਜਿਹੜੀ ਸਿਰੇ ਹੈ ਟਾਰਗੇਟ ਜਿਹੜਾ ਵੀ ਐਨ 12 ਦੇ ਕਰੀਬ ਛੱਕੇ ਲੱਗਣੇ ਹੈ 12 ਦੇ ਕਰੀਬ ਜਿਹੜੇ ਕਹਿੰਦੇ ਛੱਕੇ ਵੱਜਣੇ ਹੈ 56 ਰਨ 15 ਬਾਲ ਇਹ ਕੌਣ ਅਮਿਤ ਬਾਈ ਅਮਿਤ ਦੇ 15 ਬਾਲਾਂ ਦੇ ਵਿੱਚ 56 ਰਨ ਹੈ ਇੱਕ ਵਾਰ ਅਮਿਤ ਦੇ ਨਾਂ ਤੇ ਤਾੜੀ ਮਾਰ ਦਿਓ ਯਾਰ ਜਿੰਨੇ ਵੀ ਦਰਸ਼ਕ ਵੀਰ ਆਏ ਆ ਐਨ ਸਵਾਦ ਹੈ ਅਮਿਤ ਸਿੰਘ ਜੀਪੀ ਸਪੋਰਟਸ ਕਲੱਬ ਵਾਲਿਆਂ ਤੋਂ 200 ਰੁਪਈਆ ਜਿਹੜਾ ਪ੍ਰਾਪਤ ਕਰ ਲਈ ਨੌਜਵਾਨ ਹੈ ਐਨ ਮੇਲੇ ਜਿਹੜਾ ਲੁੱਟ ਲਿਆ ਸਵਾਦ ਹੈ ਕਾਸ ਕੋ ਕਰੇ ਕਰਦਾ ਮੇਰੇ ਵੀਰੋ ਬਾਲਰ ਦਾ ਕੀ ਨਾਮ ਹੈ ਟਿੱਡੂ ਉਸ ਦਾ ਟਿੰਡੂ ਹੈ ਟਿੰਡੂ ਪਹਿਲਾ ਓਵਰ ਮਿਤ ਕਰੋ ਨਹੀਂ ਪਹਿਲਾ ਓਵਰ ਤੋਂ ਮਿਤ ਕਰੋ ਟਾਰਗੇਟ 71 ਦਾ ਵੀਰੇ 5-4 ਓਵਰ ਲਵੀ ਰਮਨ ਪ੍ਰਵਾਹ ਮੈਚ ਸ਼ੁਰੂ ਕੀਤੀ ਪ੍ਰਾਧਿਆ ਕਰੋ ਮੈਚ ਸ਼ੁਰੂ ਲਵੀ ਟਾਰਗੇਟ ਵੀ ਜਿਹੜਾ ਪਹਾੜ ਜਿੱਤਾ ਪਹਿਲਾ ਓਵਰ ਵੀ ਕਹਿੰਦੇ ਕਰ ਦੇ ਲਈ ਨੌਜਵਾਨ ਗੱਭਰੂ ਤਿਆਰ ਬਤਿਆਰ ਆ ਅਮਿਤ ਤੇ ਸਵਾਦ ਜਿਹੜਾ ਵੱਖਰਾ ਕਾਸ ਕੋ ਉੱਪਰੇ ਕਰਦਾ ਲਵੀ ਸਟਿਆਣੇ ਵਾਲਿਆ ਅੱਜ ਦੱਸ ਹਰਿਆਣੇ ਵਾਲਿਆਂ ਨੂੰ ਵੀ 4 ਮੋਟਰਸਾਈਕਲ 2 ਸਕੂਟਰ ਤੇ 2 ਚੱਕੇ ਸਨਮਾਨ ਦੇ ਵਿੱਚ ਮਿਲੇ ਆ ਅੱਜ ਦੱਸੋ ਨੌਜਵਾਨ ਹੈ ਆ ਅਮਿਤ ਹਰਿਆਣੇ ਵਾਲਾ ਇਹ ਕਿਸੇ ਗੱਲ ਨੂੰ ਹੀ ਆਇਆ ਤੇ ਕਹਿੰਦੇ ਕਿਸੇ ਗੱਲ ਨੂੰ ਹੀ ਆਇਆ ਮੇਰੇ ਵੀਰ ਉਹ ਸਾਡਾ ਕੰਮ ਪਾਈ ਵਾਲੇ ਦਾ ਤਾੜੀ ਤੁੜੀ ਵਾਲੇ ਕੀ ਖਿਆਲ
ਲੈ ਜੀ ਸਟਿਆਣੇ ਵਾਲਿਆ ਦੱਸਣਾ ਪੈਣਾ ਫਿਰ ਭਾਈ ਵਾਲੇ ਨੂੰ ਵੀ ਆਹ ਇਲਾਕਾ ਸ਼ੇਰ ਆਉਂਦਾ ਵੀ ਆਹ ਇਲਾਕਾ ਸ਼ੇਰ ਆਉਂਦਾ ਉਹ ਤੋਂ ਵਾਲਾ ਮੁੰਡਿਆ ਕਿਵੇਂ ਪਾਈਆਂ ਤੀਜੀ ਵੀ ਉਵੇਂ ਪਾਊ ਇਹ ਵੀ ਗੱਲ ਸੱਚ ਆ ਉਹ ਬੱਲੇ 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 ਹੁਣ ਸਟਿਆਣੇ ਵਾਲਾ ਕੰਮ ਸੈੱਟ ਆ ਚਾਰ ਬਾਲਾਂ ਦੇ ਵਿੱਚ ਛੇ ਰਨ ਹਲੇ ਤੱਕ ਜੁੜੇ ਆ ਚਾਰ ਬਾਲਾਂ ਦੇ ਵਿੱਚ ਛੇ ਰਨ ਹਾਲੇ ਤੱਕ ਜੁੜੇ ਆ ਕੰਜਰਾ ਬਾਹਰ ਆ ਜਾ ਅਗਲੇ ਓਵਰ ਦੀਆਂ 18 ਦੇ ਤਨ ਉਹ ਛੱਚਾ ਜਾਂ ਬੇਟੇ ਗੱਲ ਹੋਣੀ ਹੈ ਇੱਕ ਓਵਰ 7 ਰਨ ਹੈ ਵੀਰੇ ਪਿੱਛੇ ਰਹਿ ਗਏ 64 18 ਬਾਲਾਂ 64 ਐਂ ਜਿਹੜੇ ਸੌ ਦੇ ਕਹਿੰਦੇ ਫੱਡੇ ਮਾਰ ਕੀਤੇ ਜਾਣੇ ਆ ਹੈਟ੍ਰਿਕ ਦੇ ਕਹਿੰਦੇ ਫੱਡੇ ਮਾਰ ਕੀਤੇ ਜਾਣੇ ਆ ਸਰ ਮੈਂ ਕਹਿੰਦਾ 100 ਮੇਰਾ ਕਾਕੂ 200 ਦੇ ਕਹਿੰਦੇ ਫੱਡੇ ਮਾਰ ਹੈ ਐਨ ਸਵਾਦ ਹੈ ਮੇਰੇ ਵੀਰੇ ਅਗਲਾ ਓਵਰ ਲੈ ਵੀ ਰਵਜੋਤ ਕਿਹਨੇ ਕਰਨਾ ਰਾਜੇਸ਼ ਅੱਗ ਲੱਗ ਕੇ ਫੂਕ ਦੂੰਗਾ ਬੈਲੀਆਂ ਦਾ ਸ਼ਹਿਰ ਬੋਤਲ ਨੂੰ ਪਾਸੇ ਰੱਖ ਲੈ ਨੌਜਵਾਨਾਂ ਸਪੇਨ ਵਾਲੇ ਆ ਕੱਚੀ ਵੇਖ ਰਹੇ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਇੱਥੇ ਪਤਾ ਲੱਗਦਾ ਕਾਉ ਮਨ ਹੈ ਪੇਲਾ ਹੀ ਲੁੱਟ ਲਿਆ ਨੌਜਵਾਨ ਹੈ ਐਨ ਸਵਾਦ ਹੈ ਮੇਰੀ ਵੀ ਅਗਲੀ ਗੱਲ ਸੁਰਮਤ ਇੱਕ ਰੰਗ ਦੇ ਵੱਧ ਜਿਹੜੇ ਹੋ ਚੁੱਕੇ ਵਾਲਾ ਸੋਹਣ ਲਾਲ ਹੋਣਾ ਵਾ ਕਹਿੰਦੇ ਵਾਰ ਲਾ
ਸਪੁੱਤਰ ਮੇਰੇ ਵੀਰੇ ਸਪੈਕ ਤੇ ਆ ਗਿਆ ਇਹ ਅੱਜ ਦੇ ਐਨ ਸੰਧਿਆਣੇ ਵਾਲਾ ਰੁਕੇ ਮੇਰੇ ਵੀਰੇ ਜਿਹਨੇ ਹੁਣ ਵਾਲ ਦਾ ਸਾਹਮਣਾ ਕਰਨਾ ਖੇਡ ਦੇ ਮੈਦਾਨ ਦੇ ਵਿੱਚ ਭਾਲ ਪੈ ਗਈ ਹੈ ਸੰਧਿਆਣੇ ਵਾਲਾ ਸੰਧਿਆਣੇ ਵਾਲਾ ਕੁਰਸੀ ਹੈ ਰਣ ਕਹਿੰਦੇ ਚਾਰ ਜੁੜ ਗਏ ਹੈ ਰਣ ਜਿਹੜੇ ਕਹਿੰਦੇ ਚਾਰ ਜੁੜ ਗਏ ਹੈ ਲੈ ਵੀ ਨੀਲੂ ਇਲੈਵਨ ਕਿਆ ਕਰਨਾ ਸਰ ਆਪਣੇ ਬਸ ਤੂੰ ਬੈਠੀ ਉਹ ਬਾਲ ਤੇਰੇ ਨੌਜਵਾਨ ਹੈ ਸੋਹਣੀ ਬਾਲ ਹੈ ਰਣ ਕਹਿੰਦੇ ਇੱਕ ਜੁੜਦਾ ਰਣ ਜਿਹੜਾ ਕਹਿੰਦੇ ਇੱਕ ਜੁੜਦਾ ਖੇਡ ਦੇ ਮੈਦਾਨ ਦੇ ਵਿੱਚ ਉਹ ਜੋਟੀ ਅੱਜ ਦੱਸ ਅਜੂਬਾ ਵੀ ਅਜੂਬਾ ਕਿਹਨੂੰ ਕਹਿੰਦੇ ਹੈ ਇੱਥੇ ਦੱਸ ਵੀ ਉਸਤਾਦ ਕੁਲਦੀਪ ਸਿੰਘ ਧਵਾਨ ਕੌਣ ਹੈ ਇੱਥੇ ਦੱਸੋ ਨੌਜਵਾਨ ਹੈ ਵੀ ਕੌਣ ਹੈ ਹਰਿਆਣੇ ਵਾਲਾ ਹਰਿਆਣੇ ਵਾਲੇ ਨੇ ਕਿਸੇ ਗੱਲ ਨੂੰ ਇਹ ਆਏ ਹੈ ਸਵਾਦ ਹੈ ਐਨ ਕਹਿੰਦੇ ਸਵਾਦ ਹੈ ਲੈ ਵੀ ਗੋਬਿੰਦ ਕਢਵਾਲੇ ਆ ਇੱਥੋਂ ਜੇ ਮੈਂ ਜਿੱਤਾਉਣਾ ਨਾ ਕਮੇਟੀ ਵਾਲੇ ਕਹਿੰਦੇ 500 ਦੇ ਲਿਆਂਗੇ ਜੇ ਇੱਥੋਂ ਮੈਂ ਜਿੱਤਾਉਣਾ ਪਰ ਮੈਨੂੰ ਕਹਿੰਦੇ ਦਿੱਲੀ ਦੂਰ ਲੱਗਦੀ ਹੈ ਇਹ ਹਰਿਆਣੇ ਵਾਲੇ ਆ ਇਹ ਹਰਿਆਣੇ ਵਾਲੇ ਆ ਤਾਂ ਉਹ ਚੁੱਕਿਆ ਤੇ ਖੁਦ ਦਰਬਾਰ ਤੇ ਤੇਰਾ ਯਾਰ ਕਰਦਾ ਟਰਾਈ ਹੈ ਰਣ ਕਹਿੰਦੇ ਚਾਰ ਹੈ ਰਣ ਜਿਹੜੇ ਚਾਰ ਹੈ ਮੇਰੇ ਵੀਰੇ ਦੋ ਓਵਰ ਜਿਹੜੇ ਗੀਤ ਦਿੱਤੇ ਹੈ ਤੇ ਰਣ ਜ਼ਰੂਰ ਦੱਸੀਏ ਵੀ ਆਪਾਂ ਕਿੰਨੇ ਹੈ ਦੋ ਓਵਰ 17 ਸਕੋਰ ਬਾਲਾ 12 ਤੇ ਛੱਕੇ ਕਹਿੰਦੇ 9 ਹੈ ਲੈ ਵੀ ਅਗਲਾ ਓਵਰ ਕਿਹਨੇ ਕਰਨਾ ਦੱਸਿਓ ਨੌਜਵਾਨ ਲਓ ਵਿਕਰਮ ਆ ਗਿਆ ਮੇਰੀ ਵੀਰੇ 12 ਬਾਲਾਂ ਦੇ ਵਿੱਚ 9 ਛੱਕੇ ਲੈ ਵੀ ਸਿਰਖ ਧਾਣੀ ਜਿਹੜੀ ਪਾਰ ਹੈ 12 ਬਾਲਾਂ ਦੇ ਵਿੱਚ 9 ਛੱਕੇ ਪਰ ਆਹ ਜਿਹੜਾ ਸੱਤੇ ਵਾਲਾ ਉਹ ਕੁਝ ਵੀ ਕਰ ਸਕਦਾ ਇਹ ਵੀ ਗੱਲ ਪੱਕੀ ਹੈ ਇਹ ਵੀ ਗੱਲ ਪੱਕੀ ਹੈ 9 ਛੱਕੇ 12 ਬਾਲਾਂ ਫਲਾਗ ਪਹਿਲਾ ਪਾਲ ਵਾਈਡ ਹਲੇ ਵੀ 9 ਛੱਕੇ 12 ਬਾਲਾਂ ਦੇ ਵਿੱਚ ਤੋਂ ਵਿਕਰਮ ਡਰ ਲੱਗਦਾ ਬੱਜਣਾ ਦਾ ਹਟਿਆ ਕਿ ਹਿੱਕ ਤੇ ਵੱਜ ਆਸੇ ਪਾਸੇ ਨਾ ਭੱਜ ਲਓ ਮੇਰੇ ਵੀਰੇ 12 ਬਾਲਾਂ ਦੇ ਵਿੱਚ 9 ਛੱਕੇ ਉਹ ਸੰਧਿਆਣੇ ਵਾਲਾ ਉਹ ਸੰਧਿਆਣੇ ਵਾਲਾ ਪ੍ਰਧਾਨ 4 ਰਣ ਕਹਿੰਦੇ ਇੱਕ ਹੈ ਨਵੀਂ ਗੋਬਿੰਦਗੜ ਵਾਲਿਆ ਉਹ 11 ਬਾਲਾਂ ਦੇ ਵਿੱਚ 9 ਛੱਕੇ ਉਹ ਗੋਬਿੰਦਗੜ ਵਾਲਿਆ 11 ਬਾਲਾਂ ਦੇ ਵਿੱਚ 9 ਛੱਕੇ ਦੁਨੀਆ ਕਹਿੰਦੀ ਚੁੱਟੀ ਦਿਮਾਗ ਬਣਾ ਲਊਗਾ ਦੁਨੀਆ ਕਹਿੰਦੀ ਚੁੱਟੀ ਦਿਮਾਗ ਬਣਾ ਲਊਗਾ ਉੱਧਰੋਂ ਗੌਰੀ ਹੈ ਲੱਖੇ ਵਾਲੇ ਵਾਲਾ ਕਹਿੰਦਾ ਜੀ ਚੁੱਟੀ ਇੱਥੋਂ ਵੀ ਮੈਚ ਜਿੱਤਾਉਂਦਾ ਤਾਂ ਵੀ 8-5 ਕਰ ਦੇਵਾਂਗੇ ਤਾਂ ਵੀ 8-5 ਕਰ ਦੇਵਾਂਗੇ 10 ਬਾਲਾਂ 9 ਛੱਕੇ ਮੇਰੇ ਵੀਰੋ ਬੇਟੀ ਵਜੋਂ 1100 ਛੱਕਾ ਮਾਰਦਾ ਹੀ ਮਾਰਦਾ ਇਹ ਲਾਜ਼ਮੀ ਹੈ ਲਓ 10 ਬਾਲਾਂ 8 ਛੱਕੇ 2 ਬੱਲੇ ਮੈਨੂੰ ਲੱਗਦਾ ਐਨ ਕਹਿੰਦੇ ਕੈਚ 2 ਰਨ ਵੀ ਜੁੜ ਗਏ ਆ 2 ਰਨ ਵੀ ਜਿਹੜੇ ਮੇਰੇ ਵੀਰੇ ਜੁੜ ਗਏ ਆ ਖੇਡ ਦੇ ਮੈਦਾਨ ਦੇ ਵਿੱਚ ਲਓ ਮੇਰੇ ਵੀਰੇ ਅਗਲੀ ਬਾਲ ਫੇਰ ਤੇ ਬਾਲ ਸਿਰੇ ਦੀ ਸਿਰੇ ਦੀ ਸਿਰੇ ਦੀ ਸਿਰੇ ਦੀ ਬਾਲ ਤਿੰਨ ਓਵਰ 30 ਰਨ 43 ਰਨ ਇੱਕ ਓਵਰ 28 ਰਨ 43 ਰਹਿ ਗਏ ਇੱਕ ਓਵਰ ਦੇ ਵਿੱਚ
ਬਾਕੀ ਬਾਰੇ ਵੀ ਉਹਨਾਂ ਨੇ ਫਰੋਹ ਕਰਾ ਰਹੇ ਹੈ ਕਦੀ ਡਾਲਰ ਦਾ ਨਾਮ ਦੱਸੀ ਨੌਜਵਾਨ ਕੀ ਹੈ ਜੱਸੀ ਜਵਿੰਦਗੜੀਆ ਵੀ ਤੋੜ ਦਿੱਤਾ ਹੈ ਜਵਿੰਦਗੜੀਆ ਵੀ ਕਹਿੰਦੇ ਤੋੜ ਦਿੱਤਾ ਹੈ ਬਾਈ ਪਾਹੀ ਵਾਲਾ ਵੇਲਾ ਅੱਜ ਆਪਾਂ ਘਾਣ ਵੀ ਤਾੜੀ ਬਦਲੀ ਚਾਹੀਦੀ ਹੋ ਜਾਂਦੇ ਪਾਹੀ ਵਾਲੇ ਨੇ ਕਹਿੰਦੇ ਮੇਲੇ ਹੀ ਲੁੱਟਦੇ ਆ ਸਵਾਦ ਹੈ ਬਾਜੀ ਚ ਤਰਤਾਲੀ ਸਰਬਖ ਸਤਿਆਣੇ ਵਾਲੇ ਮੈਨੂੰ ਲੱਗਦਾ ਪਿੰਡ ਵਾਸੀ ਨੂੰ ਲੱਗ ਜਾਣਗੇ ਨਵੇਂ ਗੱਲ ਸੱਚੀ ਹੈ ਐਨ ਹਾਰ ਜਿੱਤ ਜਿਹੜੀ ਬਣੀ ਹੋਈ ਹੈ ਪਰ ਪਾਹੀ ਵਾਲੇ ਕਹਿੰਦੇ ਮੇਲੇ ਹੀ ਲੁੱਟ ਕੇ ਲੈ ਗਏ ਆ ਸਵਾਦ ਹੈ ਪੈਰ ਫੇਰ ਪੈ ਗਈ ਹੈ ਪਾਈ ਦੀ ਟੀਮ ਵੀਰੇ ਲਗਭਗ ਜੇਤੂ ਆ ਜੀ ਇਸ ਮੈਚ ਦਾ ਤੇ ਗੋਲ ਬੈਂਡ ਦਿਖਾ ਰਿਹਾ ਸੀ ਨਵੀਂ ਪਾਸੀ ਵਾਲੇ ਬੈਂਡ ਜ਼ਰੂਰ ਪੁੱਜਦਾ ਕਰਦੇ ਹੋ ਬੇਨਤੀ ਹੈ ਕਿਉਂਕਿ ਦੀਵਾਨ ਪੰਜਾਬ ਤੋਂ ਆਇਆ ਇਹ ਚੀਜ਼ ਹੈ ਇਹ ਵੀ ਚੀਜ਼ ਪਲੇਟ ਤੇ ਕਹਿੰਦੇ ਜਿਹੜਾ ਬੜੀਆਂ ਸੋਹਣੀਆਂ ਵੇਚਦਾ ਇਹਦਾ ਵੀ ਧੰਨਵਾਦ ਹੈ ਲਓ ਕੱਠੇ ਪਰਿਵਾਰ ਦਾ ਜਲਸਾ ਵੀ ਆਇਆ ਇਹਦਾ ਵੀ ਧੰਨਵਾਦ ਹੈ ਬੈਟਰ ਜ਼ਰੂਰ ਪੁੱਜਦਾ ਕਰਦੇ ਪੈਲਸ ਧੰਨਵਾਦ ਹੈ ਸਕੋਰ ਬੋਰਡ ਦੀਆਂ ਸਲਾਹਾਂ ਦੇ ਰਹੇ ਹੈ ਇਹਦਾ ਧੰਨਵਾਦ ਹੈ ਤੁਹਾਡੇ ਵਿੱਚ ਹੱਥ ਦਾ ਚਹੇਤਾ ਕਹਿੰਦੇ ਦੀਵਾਨ ਬੰਨੋਗੇ ਨਾਲੀ ਭਾਈ ਵਾਲੀ ਬਹੁਤ ਆ ਵਰਗਰਾਂ ਦਾ ਕੰਮ ਇਕੱਠੇ ਕਰਦੇ ਨੇ ਆਓ ਜੀ ਅਗਲੇ ਮੈਚ ਦੀ ਡੀਬਾ ਪਰ ਆਏ ਸਤਿਆਣੇ ਬੜਾ ਰੋਹੇ ਨਾ ਐਨ ਕਹਾਣੀ ਜਿਹੜੀ ਸਿਰੇ ਹੈ ਪਾਹੀ ਦੀ ਟੀਮ ਚੱਲਦੇ ਮੈਚ ਦੇ ਵਿੱਚ ਕਹਿੰਦੇ ਜਿਹੜੀ ਜਿੱਤ ਚੁੱਕੀ ਹੈ ਮੇਰੇ ਵੀਰੋ